ਸਿੰਘਾ ਬੋਲਣ ਦਿਆ ਭਾਊ। ਸ਼ਰਿਆਂ ਮਟਾਉਣ ਵਿੱਚ ਜੋਦੂ ਕਰਦੇ, ਸੱਚ ਦੱਸਾਂ ਇਹਨੂੰ ਬਦਮਾਸ਼ੀ ਕਹਿੰਦੇ ਨੇ। ਬਦਮਾਸ਼ੀ ਨਹੀਂ ਉਹ ਕੁੜੇ, ਉਹਨੂੰ ਖੌਫ ਕਹਿੰਦੇ ਨੇ। ਹੁਣ ਨਾਲੇ ਕਹਿੰਦੇ ਜਿਹੜੀ ਤੇਰੇ ਪਿੰਡ ਵਿੱਚ ਸਰਾਂ ਕਰੀਆ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗਾਇਕ ਸਿੰਘਾ ਅਤੇ ਰਿਐਲਿਟੀ ਸ਼ੋਅਜ਼ 'ਚੋਂ ਉੱਭਰ ਕੇ ਆਈ ਗਾਇਕਾ ਅਫਸਾਨਾ ਖਾਨ ਦੀ। ਹਾਲ ਹੀ ਦੇ ਵਿੱਚ ਦੋਨਾਂ ਨੇ ਇੱਕ ਲਾਈਵ ਪਰਫਾਰਮੈਂਸ ਦੌਰਾਨ ਇਕੱਠਿਆਂ ਆਪਣਾ ਡੂਐਟ ਸੌਂਗ ਬਦਮਾਸ਼ੀ ਪਰਫਾਰਮ ਕੀਤਾ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਆਡੀਅੰਸ ਝੂਮ ਉੱਠੀ। ਤੁਸੀਂ ਵੀ ਦੇਖੋ ਇਹ ਵੀਡੀਓ। ਸਿੰਘਾ ਬੋਲਣ ਦਿਆ ਭਾਊ, ਅਫਸਾਨਾ ਜੀ ਨਾਲ ਮੇਰਾ ਹੁਣ ਗਾਣਾ ਆਇਆ, ਉਹਦੇ ਵਿੱਚ ਮੈਂ ਬੋਲਿਆ ਜੀ ਸਿੰਘਾ ਬੋਲਦਾ ਮਿੱਠੀਏ। ਲਓ ਜੀ ਹੋ ਤੇਰੀ ਬੇਬੇ ਦਾ ਤੂੰ ਸੱਜ ਮੇਰਾ ਮੂਣ ਜੱਟਾ ਵੇ, ਜੋ ਤੂੰ ਬੋਲਦਾ ਹੈ ਬਣਦਾ ਕਾਨੂੰਨ ਜੱਟਾ ਵੇ। ਹੋ ਅੱਜ ਤੱਕ ਦਾਰੂ ਪੀਂਦੇ ਦੇਖਿਆ ਨਹੀਂ, ਤੂੰ ਤਾਂ ਵੈਰੀਆਂ ਦਾ ਪੀਂਦਾ ਰਹਿਣਾ ਖੂਨ ਜੱਟਾ ਵੇ। ਸ਼ਰਿਆਂ ਮਟਾਉਣ ਵਿੱਚ ਜੋ ਤੂੰ ਕਰਦੇ, ਸੱਚ ਦੱਸਾਂ ਇਹਨੂੰ ਬਦਮਾਸ਼ੀ ਕਹਿੰਦੇ ਨੇ। ਉਹ ਸ਼ਰਿਆਂ ਮਟਾਉਣ ਵਿੱਚ ਜੋ ਤੂੰ ਕਰਦੇ, ਸੱਚ ਦੱਸਾਂ ਟਾਉਣ ਵਿੱਚ ਜੋ ਤੂੰ ਕਰਦੇ, ਸ਼ਰਿਆਂ ਇਹਨੂੰ ਬਦਮਾਸ਼ੀ ਕਹਿੰਦੇ ਨੇ। ਉਹ ਬਣੂ ਜੱਟ ਦੀ ਕਲਿਪ ਵੀ ਨਿਊਜ਼ ਬਲੀਏ, ਤਾਂ ਹੀ ਤੇਰੇ ਸਿੰਘੇ ਦਾ ਨਾਂ ਚੱਲਦਾ। ਗਾਣਾ ਗਾਦਾ ਤੇਰਾ ਹੀ ਬਰੂਦ ਮਿੱਠੀਏ, ਅੱਬੂ ਫਰਾਂ ਦੇ ਉੱਤੇ ਠਾ ਠਾ ਚੱਲਦਾ। ਹੋਏ ਮੈਂ ਬੈਠੇ ਅਸਮਾਨ ਦੀ ਸਾਰੀ ਗੱਲ ਕੋਈ ਨਾ, ਹੋਏ ਆਕੜੇ ਉਹਨਾਂ ਦੀ ਜੁੱਤੀ ਥੱਲੇ ਧਰੀਆ। ਬਦਮਾਸ਼ੀ ਨਹੀਂ ਉਹ ਕੁੜੇ, ਉਹਨੂੰ ਖੌਫ ਕਹਿੰਦੇ ਨੇ। ਹੁਣ ਨਾਲੇ ਕਹਿੰਦੇ ਜਿਹੜੀ ਤੇਰੇ ਪਿੰਡ ਵਿੱਚ ਸਰਾਂ ਕਰੀਆ, ਉਹ ਨਾਲੇ ਕਹਿੰਦੇ ਉਹਨੂੰ ਸਰਾਵਾ ਜੋ ਕਰਾ ਕੇ ਰੱਖੀਆ। ਇਹ ਨਵਾਂ ਹੀ ਗਾਣਾ ਆਇਆ, ਲਿਰਿਕਸ ਬਹੁਤ ਯਾਦ ਨਹੀਂ ਹੈਗੇ। ਲਵ ਯੂ ਲਵ ਯੂ। ਤੁਹਾਨੂੰ ਕਿੱਦਾਂ ਦੀ ਲੱਗੀ ਸਿੰਘਾ ਅਤੇ ਅਫਸਾਨਾ ਖਾਨ ਦੀ ਇਹ ਡੂਐਟ ਸੌਂਗ ਦੀ ਪਰਫੋਰਮੈਂਸ? ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ। ਅਤੇ ਨਵੀਆਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਅਤੇ ਐਂਟਰਟੇਨਮੈਂਟ ਦੀਆਂ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।